ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾਸ ਨੂੰ ਪਿੰਡ ਵੀਲਾ ਬੱਜੂ ਸਰਦਾਰ ਟੋਟਾ ਵੀਰ ਲਾਪਰੀ ਸਿੰਘ, ਫਾਦਰ ਦਾ ਨਾਮ ਬਲਕਾਰ ਸਿੰਘ, ਇਹ ਗਰੀਬ ਘਰ ਦੇ ਵਿੱਚ ਆਉਣ ਦਾ ਮੌਕਾ ਮਿਲਿਆ। ਸੋ ਅੱਜ ਸਵੇਰੇ ਮੇਰਾ ਟੋਟਾ ਵੀਰ ਸੁਖਵਿੰਦਰ ਇੱਥੋਂ ਦਾ ਬਹੁਤ ਵਧੀਆ ਸੋਸ਼ਲ ਮੀਡੀਆ ਦੇ ਨਾਲ ਜੁੜਿਆ, ਉਹਦੇ ਵੱਲੋਂ ਮੈਨੂੰ ਇਹ ਖਬਰ ਮਿਲੀ ਕਿ ਭਾਅ ਜੀ ਆਹ ਗੱਲ ਆ, ਤੋਂ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ। ਅਤੇ ਮੈਂ ਉਸ ਵੇਲੇ ਸਰਦਾਰ ਰਾਜਨਵੀਰ ਸਿੰਘ ਜੀ ਘੁਮਾਨ ਦੇ ਨਾਲ ਗੱਲ ਕੀਤੀ, ਅਤੇ ਉਹਨਾਂ ਨੇ ਡਿਊਟੀ ਲਾਈ ਕਿ ਤੁਸੀਂ ਜਾ ਕੇ ਉਹ ਘਰ ਦੇ ਹਾਲਾਤ ਵੇਖੋ ਅਤੇ ਅੱਜ ਦਾ ਮੌਕਾ ਸਾਂਭੋ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਉਹਨਾਂ ਦੇ ਪੂਰੀ ਦੇਖ ਰੇਖ ਕਰਾਂਗੇ। ਸੋ ਮੈਂ ਦੱਸਣਾ ਚਾਹੁੰਦਾ, ਇਹ ਵੀਰ ਲਵਪ੍ਰੀਤ ਵੀਰ ਜਿਹੜਾ ਹੈ, ਇਹ ਵੀਰ ਪਹਿਲਾਂ ਕਰੈਨ ਆਪਰੇਟਰ ਦਾ ਕੰਮ ਕਰਦਾ ਸੀ, ਅਤੇ ਉੱਥੇ ਕੰਮ ਦੇ ਦੌਰਾਨ ਇਹਦੀ ਸੱਟ ਲੱਗ ਗਈ, ਜਿਹਦੇ ਕਾਰਨ ਇਹਦੇ ਲੱਤਾਂ ਦੇ ਵਿੱਚ ਵੀ ਰੋਡ ਪਏ, ਅਤੇ ਅੱਜ ਇਹ ਬੇਘਰ ਹੋਇਆ ਪਿਆ, ਕੰਮ ਕਰਨ ਦੇ ਲਾਇਕ ਨਹੀਂ ਹੈ। ਅਤੇ ਉਸੇ ਤਰੀਕੇ ਨਾਲ ਫਾਦਰ ਵੀ ਸਰਦਾਰ ਬਲਕਾਰ ਸਿੰਘ ਜੀ, ਜਿਨ੍ਹਾਂ ਦੇ ਵੀ ਉਹਨਾਂ ਦੇ ਵੀ ਇਸ ਤਰ੍ਹਾਂ ਹੀ ਲੱਤ ਦੇ ਵਿੱਚ ਰਾੜ ਪਈ ਹੈ। ਹਾਂਜੀ, ਇਸ ਘਰ ਦੇ ਵਿੱਚ ਕਮਾਉਣ ਵਾਲਾ ਕੋਈ ਜੀ ਨਹੀਂ ਹੈ, ਅਤੇ ਇਹ ਇਹਨਾਂ ਦੀ ਲਵਪ੍ਰੀਤ ਦੀ ਘਰ ਦੀ ਹੈ, ਅਤੇ ਇਹ ਛੋਟਾ ਬੱਚਾ ਹੈ, ਅਤੇ ਇਸੇ ਤਰ੍ਹਾਂ ਇਹਨਾਂ ਦੀ ਮਦਰ ਹੈ। ਇਹ ਪਰਿਵਾਰ ਦੇ ਵਿੱਚ ਸਿਰਫ ਕੀ ਹੈ, ਕੋਈ ਕਮਾਉਣ ਵਾਲਾ ਨਹੀਂ ਹੈ। ਸੋ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਇਸ ਪਰਿਵਾਰ, ਗਰੀਬ ਪਰਿਵਾਰ ਦੀ ਸਾੜ ਲਈ, ਜੋ ਹੁਣ ਮੈਂ ਤੁਹਾਨੂੰ ਇਹਨਾਂ ਦੇ ਹਾਲਾਤ ਦਿਖਾਉਣਾ ਹੈ ਕਿ ਰਾਤ ਦਾ ਜਦੋਂ ਦਾ ਮੀਂਹ ਪੈ ਰਿਹਾ ਸੀ, ਇਸ ਘਰ ਵਾਲਿਆਂ ਦੇ ਕੀ ਹਾਲਾਤ ਸੀ, ਕਿਸ ਤਰੀਕੇ ਨਾਲ ਇਹਨੇ ਰਾਤ ਗੁਜ਼ਾਰੀ ਹੈ। ਅਤੇ ਆਹ ਵੀ ਮੇਰੇ ਕਿਸੇ ਵੀਰ ਸੱਜਣ ਭਰਾ ਜਿਹੜਾ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹੈ, ਜਿਹੜੇ ਵੀਰਾਂ ਨੇ ਇਹਨਾਂ ਨੂੰ ਕੁਛ ਇਸ ਤਰ੍ਹਾਂ ਹੀ ਦਾਨੀ ਸੱਜਣਾਂ ਨੇ ਕੁਛ ਦਾਨ ਦੇ ਕੇ ਇਹਨਾਂ ਦਾ ਬਾਥਰੂਮ ਅਤੇ ਪਲਾਸਾ ਥੋੜ੍ਹਾ ਜਿਹਾ ਬਣਾ ਕੇ ਦਿੱਤਾ, ਅਤੇ ਬਾਕੀ ਵੀ ਮੈਂ ਸਾਰਿਆਂ ਨੂੰ ਹੱਥ, ਉਹਨਾਂ ਦਾ ਵੀ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਕਮ ਸੇ ਕਮ ਇਹਨਾਂ 'ਤੇ ਕੀਤਾ ਕਿ ਇਹਨਾਂ ਨੂੰ ਥੋੜ੍ਹੀ ਜਿਹੀ ਰਾਹਤ ਤਾਂ ਮਹਿਸੂਸ ਹੋਈ ਆ। ਅਤੇ ਬਾਕੀ ਮੈਂ ਅੱਜ ਹੱਥ ਜੋੜ ਕੇ ਫਿਰ ਦੁਬਾਰਾ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਕਿ ਇਸ ਪਰਿਵਾਰ ਦੀ ਸਾਰ ਲਈ ਜਾਵੇ, ਔਰ ਸਾਥ ਹੀ ਮੈਂ ਪੰਜਾਬ ਗੌਰਮੈਂਟ ਨੂੰ ਵੀ ਇਹ ਰਿਕੁਐਸਟ ਕਰਦਾ ਕਿ ਤੁਸੀਂ ਹਰ ਇੱਕ ਨੂੰ ਤਾਂ ਬਹੁਤ ਕਰਦੇ ਜਾ ਰਹੇ ਹੋ, ਅਤੇ ਇਸ ਪਰਿਵਾਰ ਦੀ ਵੀ ਸਾਰ ਲਈ ਜਾਵੇ। ਭਗਵੰਤ ਮਾਨ ਸਰਕਾਰ ਨੂੰ, ਆਮ ਆਦਮੀ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦਾ ਹੈ ਕਿ ਜਿਸ ਤਰੀਕੇ ਨਾਲ ਐਸੀ ਬਰਾਦਰੀ ਨੂੰ ਕਮਰੇ ਪਾਉਣ ਦੀਆਂ ਸਕੀਮਾਂ ਚੱਲ ਰਹੀਆਂ, ਜਹਾਂ ਸਭ ਤੋਂ ਵੱਡੀ ਕਰਦੀ, ਕਮ ਸੇ ਕਮ ਇਹਨਾਂ ਨੂੰ ਇਹ ਕਮਰਾ ਬਣਾ ਕੇ ਦਿੱਤਾ ਜਾਵੇ। ਦੂਸਰਾ ਕੀ ਹੈ, ਮੈਨੂੰ ਸਭ ਤੋਂ ਵੱਡੀ ਇਹ ਚੀਜ਼ ਇੱਕ ਪਰਿਵਾਰ ਨਾਲ ਮਿਲ ਕੇ ਖਬਰ ਮਿਲੀ ਹੈ ਕਿ ਇਸ ਪਰਿਵਾਰ ਦਾ ਜੇ ਰਾਸ਼ਨ ਕਾਰਡ ਵੀ ਨਹੀਂ ਬਣਿਆ। ਤੋ ਕਮ ਸੇ ਕਮ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਰਿਵਾਰ ਦੀ ਸਾਰ ਲਈ ਜੇ ਆਓ, ਤੁਹਾਨੂੰ ਮੈਂ ਇਹਨਾਂ ਦੇ ਘਰ ਦੇ ਹਾਲਾਤ ਵੀ ਦਿਖਾਉਣਾ। ਇਹ ਕਮਰਾ ਤਕਰੀਬਨ ਮੇਰਾ ਖਿਆਲ 10x10 ਦਾ ਕਮਰਾ ਹੈ, ਅਤੇ ਛੱਤ ਦੇ ਉੱਤੇ ਗਾਰਡਰ ਪਏ ਆ, ਅਤੇ ਗਾਰਡਰ ਦੇ ਨਾਲ ਨਾਲ ਹੀ ਛੱਤ ਦੇ ਉੱਪਰ ਜਿਸ ਤਰੀਕੇ ਨਾਲ ਪੁਰਾਣੇ ਜ਼ਮਾਨੇ ਦੇ ਵਿੱਚ ਆਪਾਂ ਕੀ ਕਹਿੰਦੇ ਆ ਉਹਨੂੰ, ਘਾਹ ਵੱਢ ਕੇ ਪਾ ਕੇ ਉੱਪਰ ਬਾਲਿਆਂ ਦੇ ਉੱਪਰ ਘਾਹ ਵੱਢ ਕੇ ਪਾ ਕੇ ਛੱਤ ਪਾਉਂਦੇ ਸੀ, ਉਸ ਤਰੀਕੇ ਨਾਲ ਛੱਤ ਦੇ ਹਾਲਾਤ ਆ, ਇਹ ਤੁਸੀਂ ਆਪ ਦੇਖ ਸਕਦੇ ਹੋ। ਕੋਈ ਮੈਂ ਤਾਂ ਇਹ ਕਹੂੰਗਾ ਜੇ ਮੇਰੇ ਵੀਰਾਂ ਅੱਗੇ ਹੱਥ ਜੋੜ ਕੇ ਬੇਨਤੀ ਕਰੂੰਗਾ, ਖੁਦ ਆ ਕੇ ਵੇਖੋ, ਆ ਕੇ ਵੇਖਣ ਨਾਲ ਫਿਰ ਉਹ ਪਤਾ ਲੱਗਦਾ ਹੈ, ਅਤੇ ਫਿਰ ਹੀ ਕਿਸੇ ਬੰਦੇ ਦੀ ਹੈਲਪ ਕੀਤੀ। ਦੇਖੋ ਸਾਰੇ ਮੰਜਿਆਂ ਦੇ ਹਾਲਾਤ, ਇਹ ਦੇਖੋ ਇਹਨਾਂ ਦੇ ਗੱਦੇ ਕਿਸ ਤਰੀਕੇ ਨਾਲ ਸਾਰੇ, ਤੋ ਬਹੁਤ ਹੀ ਮਾੜੀ ਹਾਲਾਤ ਆ। ਬੈੱਡ ਆ ਇਹ ਵਿਚਾਰਿਆਂ ਨੂੰ, ਜੋ ਬੈੱਡ ਇਹਨਾਂ ਦੇ ਆ, ਥੱਲੇ ਦਾ ਹਾਲਾਤ ਦੇਖੋ ਕਿੰਨੇ ਡਾਊਨ ਕਮਰੇ ਆ। ਇੱਕ ਕਮਰਾ ਇਹ ਹੈ, ਔਰ ਦੂਸਰਾ ਕਮਰਾ ਇਹਦੇ ਨਾਲ ਹੀ ਇਹ ਹੈ। ਇਹ ਵੀ ਕਮਰਾ ਵੇਖੋ, ਉਸੇ ਤਰੀਕੇ ਨਾਲ ਕਾਨਿਆਂ ਦੀ ਬਾਲੇ ਪਏ ਆ, ਕਾਨਿਆਂ ਦੀ ਸੱਤ ਆ, ਅਤੇ ਰਹਿਣ ਵਾਲੇ। ਮੈਂ ਸੁਖਵਿੰਦਰ ਜੀ ਤੁਹਾਨੂੰ ਬੇਨਤੀ ਕਰੋ, ਆਹ ਵੀ ਦਿਖਾਓ ਇਹਨਾਂ ਦੇ ਹਾਲਾਤ ਉਰੇ ਆਓ। ਇਹ ਦੇਖੋ ਦੂਸਰੇ ਕਮਰੇ ਦੇ ਵਿੱਚ ਨਾਲ ਹੀ ਰਸੋਈ ਦਾ ਕੰਮ ਸਾਰਾ ਵਿੱਚੇ ਹੀ ਦੇਖ ਲਓ ਕਿ ਆ ਸਾਰਾ ਵਿਚਾਰੇ ਆਪਣਾ ਟਾਈਮ ਪਾਸ ਕਰ ਰਹੇ ਆ, ਮਤਲਬ ਸਿਰ ਢੱਕਿਆ ਮੈਂ ਕਹਿ ਸਕਦਾ ਹਾਂ। ਸੋ ਮੈਂ ਸਾਰਿਆਂ ਨੂੰ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਇਸ ਇਹੋ ਜਿਹੇ ਪਰਿਵਾਰ ਦੀ ਸਾਰ ਲੈਣੀ ਬਹੁਤ ਹੀ ਜ਼ਰੂਰੀ ਹੈ। ਸੋ ਮੈਂ
ਸਾਰੇ ਹੀ ਵੀਰਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਇਹੋ ਜਿਹੇ ਪਰਿਵਾਰ ਦੀ ਸਾਰ ਲਈ ਜਾਵੇ ਅਤੇ ਇਹਨਾਂ ਦੀ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਮੈਂ ਫਿਰ ਦੁਬਾਰਾ ਦਿਖਾਉਣਾ ਚਾਹੁੰਦਾ ਸੁਖਵਿੰਦਰ ਜੀ, ਇਹ ਘਰ ਦੇ ਹਾਲਾਤ ਵੀ ਦਿਖਾ ਦਿਓ, ਇਹ ਦੁਬਾਰਾ ਇੱਕ ਵਾਰੀ ਬਾਹਰ ਦਾ ਸੀ ਵੀ ਦਿਖਾ ਦਿਓ, ਕਿਉਂਕਿ ਰਾਤ ਦੇ ਇਹ ਵਿਚਾਰੇ ਸਾਰਾ ਪਰਿਵਾਰ ਸਾਰੀ ਰਾਤ ਇਹਨਾਂ ਜਾਗ ਕੇ ਕੱਟੀਏ। ਸੋ ਅੰਤ ਵਿੱਚ ਮੈਂ ਸਾਰਿਆਂ ਨੂੰ ਫਿਰ ਦੁਬਾਰਾ ਇਹੋ ਹੀ ਬੇਨਤੀ ਕਰਦਾ ਹਾਂ ਕਿ ਅਸੀਂ ਬਹੁਤ ਲੰਗਰ ਲਾਉਂਦੇ ਹਾਂ, ਬਹੁਤ ਜ਼ਿਆਦਾ ਪੈਸਾ ਦਾਨ ਕਰਦੇ ਹਾਂ, ਅਤੇ ਮੈਂ ਕਹਿੰਦਾ ਵੀ ਜੇ ਕਿਤੇ ਇਹੋ ਜਿਹੇ ਗਰੀਬ ਨੂੰ ਦਾਨ ਕੀਤਾ ਜਾਵੇ, ਸ਼ਾਇਦ ਮੇਰਾ ਖਿਆਲ ਹੈਗਾ ਇਹੋ ਜਿਹਾ ਉੱਤਮ ਦਾਨ ਕੋਈ ਨਹੀਂ ਹੋਊਗਾ। ਫਿਰ ਮੈਂ ਸਾਰੇ ਐੱਨ ਆਈ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੈਂ ਇਹਨਾਂ ਦਾ ਅਕਾਊਂਟ ਨੰਬਰ ਵੀ ਤੁਹਾਨੂੰ ਸੈਂਡ ਕਰਦਾ, ਪਲੀਜ਼ ਆਪਣਾ ਕਾਪੀ ਤਾਂ ਦਿਖਾਇਓ, ਅਕਾਊਂਟ ਨੰਬਰ ਜੇ ਤੁਹਾਡੀ ਹੈਗੀ ਤਾਂ ਕੋਈ ਬੈਂਕ ਖਾਤਾ ਹੈ ਤੇ ਆਪਣਾ ਅਕਾਊਂਟ ਨੰਬਰ ਹੈ, ਇਹ ਕੈਨਰਾ ਬੈਂਕ 'ਚ ਇਹਨਾਂ ਦਾ ਖਾਤਾ ਹੈ, ਅਕਾਊਂਟ ਨੰਬਰ ਹੈਗਾ 11 110 161 97 747। ਮੈਂ ਦੁਬਾਰਾ ਰਿਪੀਟ ਕਰਦਾ 110161177774 7 ਲਵਪ੍ਰੀਤ ਸਿੰਘ, ਸਾਨੂੰ ਸਰਦਾਰ ਬਲਕਾਰ ਸਿੰਘ, ਅਤੇ ਜੇ ਆਈ ਐੱਫ ਸੀ ਕੋਡ ਹੈ ਅਤੇ ਆਈ ਐੱਫ ਸੀ ਕੋਡ ਹੈ ਇਹਦਾ CNRB00170509। ਸੋ ਮੈਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਦੁਬਾਰਾ ਬੇਨਤੀ ਕਰਦਾ ਹੈ ਕਿ ਇਹੋ ਜਿਹੇ ਪਰਿਵਾਰ ਦੀ ਸਾਰ ਲੈਣ ਦੀ ਜ਼ਰੂਰਤ ਹੈ, ਤਾਂ ਹੀ ਸਾਡਾ ਜੱਗ ਦੇ ਵਿੱਚ ਭਲਾ ਹੋਣਾ। ਤੋ ਸਾਰੇ ਵੀਰਾਂ ਅੱਗੇ ਫਿਰ ਦੁਬਾਰਾ ਤੋਂ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪਰਿਵਾਰ ਦੀ ਸਾਰ ਲਈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਵੱਧ ਤੋਂ ਵੱਧ, ਬਾਕੀ ਬੇਨਤੀ ਕਰਦਾ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਕਰੋ, ਤਾਂ ਕਿ ਇਹ ਵੀਡੀਓ ਦੇਖ ਕੇ ਕਿਸੇ ਨਾ ਕਿਸੇ ਬੇਟਾ ਅਤੇ ਛੋਟੀ ਜੀ ਅਮਾਊਂਟ ਆ, ਮੈਂ ਤਾਂ ਇਹੀ ਕਹੂੰਗਾ ਵਾਹਿਗੁਰੂ ਕਿਰਪਾ ਕਰੇ ਵੀਰ ਤਰਪਾਲ ਆਪਣੀ ਪਵਾ ਕੇ ਮੀਂਹ ਤੋਂ ਗੁਜ਼ਾਰਾ ਕਰਨ ਅਤੇ ਥੋੜ੍ਹਾ ਰਾਸ਼ਨ ਲੈ ਲੈਣ ਅਤੇ ਇਹਨਾਂ ਦੇ ਘਰ ਦਾ ਗੁਜ਼ਾਰਾ ਹੋ ਸਕੇ। ਅਤੇ ਬਾਕੀ ਸਾਰੇ ਦਾਨੀ ਸੱਜਣਾਂ ਬਾਰੇ ਫਿਰ ਦੁਬਾਰਾ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪਰਿਵਾਰ ਦੀ ਸਾਰ ਲਈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।